श्री गुरु ग्रंथ साहिब जी दे पहले ग्रंथी ते सिख इतिहास दी महान शख्सियत बाबा बुढ़ा जी दा जन्म 22 अक्तूबर 1506 ईस्वी नूं सुग्गे रंधावे दे घर माता गौरां दी कुखों पिंड कथूनंगल जिला अमृतसर विखे होया। आप दे बचपन दा नाम बूढ़ा सी। जदों 1518 ईस्वी विच गुरु नानक साहिब जी इस पिंड पहुंचे ਤਾਂ ਇਸ ਬਾਲਕ ਨੇ ਗੁਰੂ ਜੀ ਨੂੰ ਦੁੱਧ ਛਕਾਇਆ ਸੀ। ਗੁਰੂ ਜੀ ਨੇ ਇਸ ਛੋਟੀ ਉਮਰ ਦੇ ਬਾਲਕ ਦੀਆਂ ਬਹੁਤ ਸਿਆਣੀਆਂ ਗੱਲਾਂ ਸੁਣ ਕੇ ਕਿਹਾ ਸੀ ਕਿ ਤੂੰ ਤਾਂ ਇਤਨੀ ਛੋਟੀ ਉਮਰ ਵਿੱਚ ਬੁੱਢਿਆਂ ਵਾਲੀਆਂ ਗੱਲਾਂ ਕਰਦਾ ਹੈ। ਉਸ ਦਿਨ ਤੋਂ ਆਪ ਜੀ ਨੂੰ ਬੂੜਾ ਦੀ ਥਾਂ ਬੁੱਢਾ ਕਿਹਾ ਜਾਣ ਲੱਗ ਪਿਆ। ਬਾਬਾ ਬੁੱਢਾ ਜੀ ਨੇ ਪਹਿਲੇ ਗੁਰੂ ਤੋਂ ਲੈ ਕੇ 6ਵੇਂ ਗੁਰੂ ਸਾਹਿਬ ਦੇ ਸਮੇਂ ਤੱਕ ਗੁਰੂ ਘਰ ਦੀ ਸੇਵਾ ਕੀਤੀ। ਹਰਿਮੰਦਰ ਸਾਹਿਬ ਦੇ ਸਰੋਵਰ ਬਣਨ ਤੋਂ ਬਾਅਦ ਆਪ ਨੇ ਠੱਟਾ ਪਿੰਡ ਦੇ ਨੇੜੇ ਲੱਗਦੀ ਬੀੜ ਵਿੱਚ ਪਸ਼ੂਆਂ ਦੀ ਸੇਵਾ ਸੰਭਾਲ ਅਤੇ ਗੁਰੂ ਕਾ ਲੰਗਰ ਚਲਾਇਆ। ਇਹ ਸਥਾਨ ਅੱਜ ਕੱਲ੍ਹ ਬੀੜ ਬਾਬਾ ਬੁੱਢਾ ਸਾਹਿਬ ਦੇ ਨਾਮ ਨਾਲ ਮਸ਼ਹੂਰ ਹੈ। 1594 ਈਸਵੀ ਵਿੱਚ ਪੁੱਤਰ ਦੀ ਦਾਤ ਲਈ ਗੁਰੂ ਅਰਜਨ ਸਾਹਿਬ ਜੀ ਨੇ ਅਰਦਾਸ ਕਰਵਾਉਣ ਲਈ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਕੋਲ ਹੀ ਭੇਜਿਆ ਸੀ। ਬਾਬਾ ਬੁੱਢਾ ਜੀ ਬਾਣੀ ਪੜ੍ਹਨ ਦੇ ਬਹੁਤ ਹੀ ਰਸੀਏ ਸਨ ਅਤੇ ਬੜੀ ਹੀ ਮਿੱਠੀ ਆਵਾਜ਼ ਵਿੱਚ ਬਾਣੀ ਪੜ੍ਹਿਆ ਕਰਦੇ ਸਨ। 1604 ਈਸਵੀ ਵਿੱਚ ਜਦ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ ਤਾਂ ਉਸ ਵੇਲੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਹੀ ਬਣੇ ਸਨ। ਆਪ ਜੀ ਜਿੱਥੇ ਮਿੱਠੀ ਆਵਾਜ਼ ਵਿੱਚ ਬਹੁਤ ਹੀ ਸ਼ੁੱਧ ਬਾਣੀ ਪੜ੍ਹਦੇ ਸਨ, ਉੱਥੇ ਹੀ ਸ਼ਸਤਰ ਵਿੱਦਿਆ ਦੇ ਵੀ ਮਾਹਿਰ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੈਨਿਕ ਸਿਖਲਾਈ ਵੀ ਬਾਬਾ ਬੁੱਢਾ ਜੀ ਨੇ ਹੀ ਦਿੱਤੀ ਸੀ। ਅਕਾਲ ਤਖ਼ਤ ਸਾਹਿਬ ਦੀ ਉਸਾਰੀ ਵਿੱਚ ਬਾਬਾ ਬੁੱਢਾ ਜੀ ਦੀ ਵਿਸ਼ੇਸ਼ ਭੂਮਿਕਾ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੁਰਿਆਈ ਸਮੇਂ ਮੀਰੀ ਪੀਰੀ ਦੀਆਂ ਕਿਰਪਾਨਾਂ ਵੀ ਬਾਬਾ ਬੁੱਢਾ ਜੀ ਨੇ ਪਹਿਨਾਈਆਂ ਸਨ। ਆਪਣੇ ਆਖਰੀ ਸਮੇਂ ਬਾਬਾ ਬੁੱਢਾ ਜੀ ਰਮਦਾਸ ਪਿੰਡ ਚਲੇ ਗਏ। ਇੱਥੇ ਹੀ ਆਪ ਜੀ ਦਾ ਦੇਹਾਂਤ 17 ਨਵੰਬਰ 1631 ਈਸਵੀ ਨੂੰ ਹੋਇਆ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀਂ ਬਾਬਾ ਬੁੱਢਾ ਜੀ ਦਾ ਅੰਤਿਮ ਸੰਸਕਾਰ ਕੀਤਾ ਸੀ। ਬਾਬਾ ਬੁੱਢਾ ਜੀ ਨੇ ਆਪਣੀ ਸਾਰੀ ਜ਼ਿੰਦਗੀ ਹੀ ਗੁਰੂ ਘਰ ਨੂੰ ਸਮਰਪਿਤ ਕਰ ਦਿੱਤੀ ਸੀ।